ਸਤਿ ਸ਼੍ਰੀ ਅਕਾਲ ਜੀ ਦੋਸਤੋ, ਗੱਲ ਕਰਾਂਗੇ ਆਪਾਂ ਜੋ ਕਿ ਮਸ਼ੀਨ ਆਪਰੇਟਰ ਦੀ ਵੈਕੈਂਸੀ ਨਿਕਲੀ ਜੀ ਮਾਨਸਾ ਵਿਖੇ। ਅੱਜ ਦੀ ਇੰਟਰਵਿਊ ਆ ਜੀ, ਇਹ ਹੈਗੀ ਆ ਕਿ ਟਰਾਈਡੈਂਟ ਲਿਮਿਟਡ ਵੱਲੋਂ ਪਲੇਸਮੈਂਟ ਕੈਂਪ ਲਾ ਰਹੇ ਆ ਜਾਂ ਜਿਸ ਦੇ ਵਿੱਚ ਕੀ ਹੈ 10ਵੀਂ 12ਵੀਂ ਪਾਸ ਪੜ੍ਹਾਈ ਮੰਗੀ ਹੈਗੀ ਅਤੇ ਲੜਕੇ ਲੜਕੇ ਦੋਨੇ ਹੀ ਅਪਲਾਈ ਕਰ ਸਕਦੇ ਨੇ। ਜੇਕਰ ਤੁਹਾਡੀ 10ਵੀਂ 12ਵੀਂ ਪਾਸ ਹੈ ਤਾਂ ਤੁਸੀਂ ਇਸ ਇੰਟਰਵਿਊ ਵਿੱਚ ਇਸ ਵੈਕੈਂਸੀ ਦੇ ਲਈ ਲੀਜੀ ਵੱਲੋਂ ਅਪਲਾਈ ਕਰ ਸਕਦੇ ਹੋ। ਉਮਰ ਆਈ ਡੀ 18 ਤੋਂ 25 ਦੇ ਦਰਮਿਆਨ ਤੁਹਾਡੀ ਹੋਣੀ ਚਾਹੀਦੀ ਹੈ ਜੀ। ਅਤੇ ਗੱਲ ਕਰੀਏ ਦਸਤਾਵੇਜ਼ ਕੀ, ਆਧਾਰ ਕਾਰਡ, ਪੈਨ ਕਾਰਡ, 10ਵੀਂ 12ਵੀਂ ਦਾ ਸਰਟੀਫਿਕੇਟ ਅਤੇ ਇੰਟਰਵਿਊ ਦਾ ਜੋ ਸਮਾਂ ਹੈ 10:30 ਤੋਂ ਲੈ ਕੇ 3 ਵਜੇ ਤੱਕ ਰੱਖਿਆ ਗਿਆ ਜੀ। ਇਸ ਦੇ ਦੌਰਾਨ ਤੁਸੀਂ ਜਾ ਕੇ ਇੰਟਰਵਿਊ ਜੋ ਕੀ ਆ ਜ਼ਿਲ੍ਹਾ ਰੁਜ਼ਗਾਰ ਕਾਰੋਬਾਰ ਦਫ਼ਤਰ ਮਾਨਸਾ ਨੇੜੇ ਜ਼ਿਲ੍ਹਾ ਪ੍ਰਬੰਧਕ ਕੰਪਲੈਕਸ ਯਾਨੀ ਕਿ DC ਕੋਰਟ ਕੰਪਲੈਕਸ ਦੇ ਉੱਪਰ ਆਈ ਤੁਸੀਂ ਪਹੁੰਚ ਸਕਦੇ ਹੋ ਉਸ ਟਾਈਮ ਦੇ ਵਿੱਚ। ਠੀਕ ਹੈ ਜੀ, ਤਨਖਾਹ ਵੀ ਵਧੀਆ ਜੀ, 12,500 ਤੋਂ ਲੈ ਕੇ 15,000 ਦੇ ਦਰਮਿਆਨ ਤੁਹਾਨੂੰ ਤਨਖਾਹ ਇੱਥੇ ਦਿੱਤੀ ਜਾਣੀ ਆ। ਠੀਕ ਹੈ ਜੀ, ਹੋਰ ਵਧੇਰੇ ਜਾਣਕਾਰੀ ਲਈ ਇਹਨਾਂ ਦੇ ਫੋਨ ਨੰਬਰ 'ਤੇ ਤੁਸੀਂ ਸੰਪਰਕ ਕਰ ਸਕਦੇ ਹੋਗੇ। ਠੀਕ ਹੈ ਜੀ, ਇਹ ਸੀ ਵੈਕੈਂਸੀ, ਜੋ ਵੀ ਇੰਟਰਸਟਡ ਵੀਰ ਨੇ ਤਾਂ ਇਸ ਭਰਤੀ 'ਤੇ ਜਾਣ ਜੀ, ਅਤੇ ਵੀਡੀਓ ਨੂੰ ਸ਼ੇਅਰ ਅਤੇ ਲਾਈਕ ਜ਼ਰੂਰ ਕਰ ਦਿਓ। ਸਾਡੇ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।